ਲੱਖੇ ਸਧਾਣੇ ਨੇ ਇੱਕ ਵੀਡੀਓ ਪਾਈ ਕਿ ਉੱਥੋਂ ਦੀ ਜਿਹੜੀ ਨੰਬਰਦਾਰੀ ਸੀਗੀ ਇੱਕ ਪੰਜਾਬੀ ਨੂੰ ਛੱਡ ਕੇ ਤੇ ਪ੍ਰਵਾਸੀ ਨੂੰ ਦੇ ਦਿੱਤੀ। ਪਹਿਲਾਂ ਤਾਂ ਇਹ ਦੱਸੋ ਕਿ ਇਹ ਸੱਚ ਹੈ ਵੀ ਇਹ ਸਭ ਕੁਝ ਸੱਚ ਹੋਇਆ ਜੋ ਮੈਂ ਪਹਿਲਾਂ ਵੀ ਬੋਲਿਆ, ਜਿਹੜਾ ਤੁਸੀਂ ਮੈਨੂੰ ਦੱਸਿਆ ਕਿ ਇਹ ਠੀਕ ਹੋਇਆ ਸਭ ਕੁਝ ਇੱਥੇ, ਇੱਦਾਂ ਹੀ ਹੋਇਆ। ਪ੍ਰਵਾਸੀ ਨੂੰ ਸੁਭਾਸ਼ ਚੰਦਰ ਨੂੰ ਸੁਭਾਸ਼ ਚੰਦਰ ਸਿੰਘ ਬਣਾ ਦਿੱਤਾ ਗਿਆ ਤੇ ਪੰਜਾਬੀਅਤ ਤੇ ਪੰਜਾਬ ਤਾਂ ਆਪੇ ਖਤਰੇ ਚ ਆ ਗਿਆ ਤੇ ਸਾਡੀ ਮਾਂ ਬੋਲੀ ਤਾਂ ਜਮਾ ਹੀ ਇਹਨਾਂ ਨੇ ਖਤਮ ਕਰ ਦੇਣੀ ਪੰਜਾਬੀ। ਸੁਭਾਸ਼ ਚੰਦਰ ਸਿੰਘ ਆ, ਸੁਭਾਸ਼ ਚੰਦਰ ਸਿੰਘ ਹੀ ਆ ਵੀਰੇ, ਸੁਭਾਸ਼ ਚੰਦਰ ਆ ਜੀ, ਸਿੰਘ ਨੀ ਗਾ ਉਹਦੇ ਚ, ਸਿੰਘ ਨੀ ਗਾ ਜੀ। ਤੇ ਫਿਰ ਜਿਹੜਾ ਇੱਥੇ ਸਿੰਘ ਲਿਖਿਆ ਹੋਇਆ ਭੁਲੇਖਾ ਪਾਉਣ ਲਈ ਲਿਖਿਆ। ਮੇਰਾ ਬ੍ਰਦਰ ਜਗਜੀਤ ਸਿੰਘ ਉਹ ਇੱਕ ਸ਼ਡਿਊਲ ਕਾਸਟ ਪੋਸਟ ਦੇ ਉੱਤੇ ਨਿਯੁਕਤ ਹੋਇਆ ਸੀ ਨੰਬਰਦਾਰ, ਤੇ ਉਸ ਦੀ ਮੌਤ ਤੋਂ ਉਪਰੰਤ ਇਹ ਪੋਸਟ ਜਿਹੜੀ ਭਰੀ ਜਾਣੀ ਸੀ ਇਹ ਸ਼ਡਿਊਲ ਕਾਸਟ ਦੇ ਕੈਂਡੀਡੇਟ ਵੱਲੋਂ ਹੀ ਦੇਣੀ ਚਾਹੀਦੀ ਸੀ। ਉਹ ਹੱਕ ਜਿਹੜਾ ਹੈ ਇਹਦੇ ਜਗਜੀਤ ਸਿੰਘ ਦੇ ਬੇਟੇ ਨੂੰ ਦੇਣ ਦੀ ਬਜਾਏ ਇੱਕ ਪ੍ਰਵਾਸੀ ਨੂੰ ਉਹਦੇ 'ਤੇ ਨਿਯੁਕਤ ਕਰ ਦਿੱਤਾ ਗਿਆ ਨੰਬਰਦਾਰ। ਗੁਰਜੀਤ ਸੀ, ਗੁਰਜੀਤ ਸੀ, ਕਰਮ ਸਿੰਘ ਸੀਗਾ, ਸਾਰੇ ਸਿੰਘ ਹੀ ਨੇ, ਲਵਦੀਪ ਸਿੰਘ ਸੀ, ਸੇਖ ਸਿੰਘ ਸੀ, ਜਿਹੜੇ ਸ਼ਿੰਗਾਰਾ ਸਿੰਘ ਵਾਸੀ ਮਲੋਟ, ਜਿਹੜੇ ਇੱਥੋਂ ਦੇ ਹੀ ਜੰਮਪਲ ਨੇ। ਕੀ ਇਹਨਾਂ 'ਚ ਕੋਈ ਹੋਰ ਵੀ ਕਾਬਲ ਨਹੀਂ ਲੱਗਿਆ ਕਿ ਇੱਕ ਜਿਹੜਾ ਬੰਦਾ ਇੱਕ ਹੀ ਬਾਹਰ ਦਾ ਹੋਵੇ ਤੇ ਇੱਕ ਹੀ ਕਾਬਲ ਬਣਾ ਦਿੱਤਾ ਉੱਥੇ? ਜੇ ਪੰਚ ਸਰਪੰਚ ਪ੍ਰਵਾਸੀ ਬਣਨਗੇ ਤਾਂ ਨੈਚੁਰਲੀ ਉਹ MLA ਵੀ ਕੱਲ ਨੂੰ ਬਣਨਗੇ, ਉਹ MP ਵੀ ਕੱਲ ਨੂੰ ਪ੍ਰਵਾਸੀ ਆਪਦੇ ਬੰਦੇ ਬਣਾਉਣਗੇ, ਫਿਰ ਸਾਡੇ ਹੱਕ ਤਾਂ ਜਿਹੜੇ ਆ ਕਾਨੂੰਨੀ ਤੌਰ 'ਤੇ ਖੋਏ ਜਾ ਸਕਦੇ। ਸਾਰਾ ਪੰਜਾਬ ਹੀ ਨਾਕਾਬਲ ਹੋ ਗਿਆ, ਆਪ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨ ਦੀਆਂ ਧੱਜੀਆਂ ਜੇ ਉਡਾਉਣਗੇ ਤਾਂ ਪੰਜਾਬ ਪੰਜਾਬੀਅਤ ਦਾ ਹੀ ਹੋਂਦ ਜਿਹੜੀ ਹੈ ਉਹ ਤਾਂ ਖਤਰੇ ਦੇ ਵਿੱਚ ਇਸ ਸਰਕਾਰ ਦੇ ਹੱਥੋਂ ਪੈ ਚੁੱਕੀ ਹੈ। ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਿਹੜੀ ਹੈ ਜੜ ਹੈਗੀ ਹੈ ਉਹ ਉਖੜ ਗਈ ਹੈ ਤੇ ਹੁਣ ਇਹਨਾਂ ਦੀ ਜਿਹੜੀ ਪੰਜਾਬ ਪੰਜਾਬੀਅਤ ਦੀ ਜਿਹੜੀ ਨਿਗਾਰ ਜਿਹੜਾ ਹੈਗਾ ਆਉਣਾ ਸ਼ੁਰੂ ਹੋ ਗਿਆ। ਪੰਜਾਬੀ ਵੀ ਖਤਰੇ ਵਿੱਚ ਹੈ, ਪੰਜਾਬ ਵੀ ਖਤਰੇ ਵਿੱਚ ਹੈ ਤੇ ਪੰਜਾਬੀ ਲੋਕ ਵੀ ਖਤਰੇ ਵਿੱਚ ਨੇ, ਉਹਨਾਂ ਦਾ ਅਸਤਿਤਵ ਜਿਹੜਾ ਹੈਗਾ ਨਾ ਉਹ ਜਿਹੜਾ ਹੁਣ ਡਾਵਾਂਡੋਲ ਹੋਇਆ ਪਿਆ। ਵੀ ਉਹਦੇ ਪਿਤਾ ਜੀ ਪਹਿਲਾਂ ਵਾਟਰ ਵਰਕਸ ਦੇ ਵਿੱਚ ਬੇਲਦਾਰ ਚੌਕੀਦਾਰ ਕੋਈ ਇਸ ਤਰ੍ਹਾਂ ਦੀ ਜੌਬ ਕਰਦੇ ਸੀਗੇ। ਤੁਸੀਂ ਦੇਖੋ ਵੀ ਪਹਿਲਾਂ ਵੀ ਤਾਂ ਪੰਜਾਬੀ ਦੀ ਖੋਈ ਗਈ, ਹੁਣ ਗਾਂ ਇਹ ਵੀ ਖੋਈ ਗਈ ਇੱਕ ਪੰਜਾਬੀ ਤੋਂ ਪੋਸਟ ਇਹ ਨੰਬਰਦਾਰ ਦੀ, ਤੇ ਇਹ ਤਾਂ ਇੱਕ ਪ੍ਰੋਸੈਸ, ਫਿਰ ਸਾਡਾ ਪੰਜਾਬ 'ਚ ਕੀ ਰਹਿ ਗਿਆ ਪੰਜਾਬੀਆਂ ਦਾ? ਮੋਹਾਲੀ ਦੇ ਵਿੱਚ ਜੋ ਕਾਂਡ ਹੋਇਆ ਉਸ ਤੋਂ ਬਾਅਦ ਇੱਕ ਚਰਚਾ ਛਿੜੀ ਆ ਪੰਜਾਬ ਦੇ ਵਿੱਚ ਕਿ ਪ੍ਰਵਾਸੀਆਂ ਦਾ ਜਿਹੜਾ ਰਾਜ ਲਗਾਤਾਰ ਵੱਧ ਰਿਹਾ, ਵੋਟ ਬੈਂਕ ਬਣ ਚੁੱਕਿਆ ਉਹਨਾਂ ਦਾ ਲੀਡਰ, ਇਹ ਚੀਜ਼ਾਂ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਸਾਨੂੰ ਵੋਟ ਚਾਹੀਦੀ ਆ, ਤੇ ਪੁਲਿਸ ਤੱਕ ਇਹ ਗੱਲਾਂ ਕਹੀਆਂ ਹੋਈਆਂ, ਕਮਿਸ਼ਨਰ ਤੱਕ ਇਹ ਗੱਲਾਂ ਕਹੀਆਂ ਹੋਈਆਂ ਨੇ ਸਰਕਾਰਾਂ ਦੇ ਵੱਲੋਂ ਕਿ ਇਹਨਾਂ ਦਾ ਕੰਮ ਨਹੀਂ ਰੁਕਣਾ ਚਾਹੀਦਾ, ਚਾਹੇ ਪੰਜਾਬੀ ਇੱਥੇ 100 ਸਾਲ ਤੋਂ ਰਹਿ ਰਿਹਾ ਚਾਹੇ 200 ਸਾਲ ਤੋਂ ਰਹਿ ਰਿਹਾ, ਉਹਨਾਂ ਦਾ ਕੰਮ ਅੜਦਾ ਤੇ ਅੜ ਜੇ, ਉਹਨਾਂ ਦੇ ਪੀਲੇ ਕਾਲ ਕੱਟੇ ਜਾਣ ਤੇ ਕੱਟੇ ਜਾਣ, ਨੀਲੇ ਕੱਟੇ ਜਾਂਦੇ ਤੇ ਕੱਟੇ ਜਾਣ, ਪਰ ਪ੍ਰਵਾਸੀ ਨਵਾਂ ਆਇਆ, 1 ਸਾਲ ਤੋਂ ਆਇਆ 2 ਸਾਲ ਤੋਂ ਆਇਆ, ਉਹਦੇ ਕਾਰਡ ਬਣਨ ਤੇ ਉਹਨਾਂ ਦੇ ਕੰਮ ਹੋਣੇ ਚਾਹੀਦੇ, ਉਹਦੀ ਵੋਟ ਬਣਨ, ਉਹਦੇ ਘਰ ਤੱਕ ਜਾਣਾ ਪਵੇ ਵੋਟ ਬਣਨੀ ਚਾਹੀਦੀ ਆ। ਪਰ ਜੋ ਉੱਥੇ ਕਾਂਡ ਹੋਇਆ ਦੋ ਪੰਜਾਬੀਆਂ ਦੇ ਨਾਲ, ਜਾਂ ਉੱਥੇ ਪਹਿਲਾਂ ਵੀ ਕਿੰਨੇ ਕਾਂਡ ਹੋਏ, ਜਾਂ ਹੋਰ ਆਪਾਂ ਸਬਜ਼ ਮੰਡੀਆਂ ਦੇ ਵਿੱਚ ਆਮ ਘਟਨਾਵਾਂ ਦੇਖਦੇ ਹਾਂ ਕਿ ਕਿਵੇਂ ਪ੍ਰਵਾਸੀ ਜਿਹੜੇ ਆ ਕੇ ਇੱਥੇ 2-4 ਸਾਲ ਪੈਸਾ ਕਮਾਉਂਦੇ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਨੀਤੀਆਂ ਮਨਸੂਬੇ ਬਦਲ ਜਾਂਦੇ ਨੇ ਤੇ ਉਹ ਜਿਹੜੇ ਆ ਲੋਕਾਂ ਦੇ ਗਲ ਤੱਕ ਪੈਂਦੇ ਨੇ। ਇਹ ਘਟਨਾਵਾਂ ਆਮ ਹੋ ਚੁੱਕੀਆਂ, ਬਾਹਲੇ ਅਖਬਾਰਾਂ ਟੈਲੀਵਿਜ਼ਨਾਂ 'ਚ ਇਹ ਚੀਜ਼ਾਂ ਨਹੀਂ ਆ ਰਹੀਆਂ ਗੀਆਂ ਕਿਉਂਕਿ ਤਾਮ ਜਾਮ ਸਭ ਸਰਕਾਰੀ ਹੈ। ਤੇ ਇਹ ਜਦੋਂ ਸਾਰਾ ਕੁਛ ਹੋ ਰਿਹਾ ਮੋਹਾਲੀ ਵਾਲੀ ਘਟਨਾ ਨੇ ਤਾਂ ਸਾਰੇ ਕੰਬਾ ਕੇ ਰੱਖ ਦਿੱਤੇ ਤੇ ਇਹ ਚੀਜ਼ ਲਈ ਸੋਚਣ ਲਈ ਮਜਬੂਰ ਕਰ ਦਿੱਤੇ ਨੇ। ਹੁਣ ਇੱਕ ਮਲੋਟ ਦੀ ਘਟਨਾ ਉਹਦੇ ਵਿੱਚ ਇੱਕ ਜ਼ਿਕਰ ਆਇਆ ਸੀ, ਲੱਖੇ ਸਧਾਣੇ ਨੇ ਉੱਥੇ ਖੜ ਕੇ ਕਿਹਾ ਕਿ ਮਲੋਟ ਦਾ ਨੰਬਰਦਾਰ ਤੱਕ ਪ੍ਰਵਾਸੀ ਬਣਾ ਦਿੱਤਾ ਗਿਆ। ਪਿਛਲੇ ਦਿਨੀ ਅਸੀਂ ਇੱਕ ਖਬਰ ਕਵਰ ਕੀਤੀ ਸੀ ਕਿ ਰੋਡੇ ਪਿੰਡ ਸੰਤਾਂ ਦਾ ਪਿੰਡ ਸੀ ਜਿਹੜਾ, ਉੱਥੋਂ ਦਾ ਜਿਹੜਾ ਸਰਪੰਚ ਸੀ ਉਹ ਪ੍ਰਵਾਸੀ ਖੜ ਗਿਆ ਸੀਗਾ। ਠੀਕ ਹੈ, 2 ਵੋਟਾਂ ਦੇ ਹਾਰ ਗਿਆ, ਵੀਡੀਓ ਦਾ ਪ੍ਰੈਸ਼ਰ ਪਿਆ ਜਾਂ ਕੁਛ ਵੀ ਸਮਝ ਲਓ, ਪਰ ਇਹ ਤੁਸੀਂ ਸਾਰਾ ਕੁਛ ਦੇਖਿਆ। ਪਰ ਹੁਣ ਜਿਹੜੀ ਮਲੋਟ ਪਿੰਡ ਦੀ ਘਟਨਾ ਹੋਈ ਆ, ਇਹ ਉਹ ਨੰਬਰਦਾਰੀ ਦੀ ਦਾਅਵੇਦਾਰੀ ਪੇਸ਼ ਕਰਦਾ ਸੀ ਆ ਦਵਿੰਦਰ ਸਿੰਘ, ਇਹਦਾ ਪਿਤਾ ਸੀਗਾ ਜਗਜੀਤ ਸਿੰਘ, ਡਾਕਟਰ ਦੇ ਨਾਮ ਤੇ ਮਸ਼ਹੂਰ ਸੀਗਾ ਜਿਹੜਾ ਇਹ ਨੰਬਰਦਾਰ ਸੀ, ਉਹਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਇੱਥੇ 15-17 ਨੰਬਰਦਾਰਾਂ ਨੇ ਦਾਅਵੇਦਾਰੀ ਪੇਸ਼ ਕੀਤੀ, ਜਿਹਦੇ ਵਿੱਚ ਸੁਭਾਸ਼ ਚੰਦਰ
ਇੱਥੇ ਤਾਂ ਸਿੰਘ ਸ਼ਬਦ ਪਾਇਆ ਹੋਇਆ, ਨਾਲ ਸੁਭਾਸ਼ ਚੰਦਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀਗਾ ਉਹਦੀ ਜੱਜਮੈਂਟ, ਕਮਿਸ਼ਨਰ ਸਾਹਿਬ ਦੀ ਜਿਹੜੀ ਜੱਜਮੈਂਟ ਸੀ ਕਿ ਇਹ ਪੜ੍ਹਿਆ ਲਿਖਿਆ ਬੀ ਏ ਤੱਕ ਦੀ ਪੜ੍ਹਾਈ ਹੈ ਅਤੇ ਮੈਂ, ਮੇਰੀ ਜੱਜਮੈਂਟ ਇਹ ਹੈ ਕਿ ਇਹ ਨੰਬਰਦਾਰੀ ਜਿਹੜੀ ਆ ਉਹ ਪਿੰਡ ਦੀ ਕਰ ਸਕਦਾ। ਇਹ ਜਗਜੀਤ ਸਿੰਘ ਦੇ ਭਾਈ ਨੇ, ਇਹ ਪਿੰਡ ਚੋਂ ਵੀਰ ਜੀ ਨੇ, ਇਹ ਜਿਹੜੇ ਉਹਨਾਂ ਦੇ ਪੁੱਤਰ ਨੇ, ਜਿਹੜੀ ਦਾਅਵੇਦਾਰੀ ਪੇਸ਼ ਕਰਦੇ। ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕਿਉਂਕਿ ਇਹ ਇੱਕ ਗਜ਼ਟਡ ਆਫਿਸਰ ਦੀ ਜਿਹੜੀ ਡਿਊਟੀ ਵੀ ਕਰ ਚੁੱਕੇ ਨੇ ਤੇ ਪੂਰੀ ਨੌਲੇਜ ਵੀ ਰੱਖਦੇ ਨੇ। ਭਾਈ ਸਾਹਿਬ, ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਕਲ, ਤੁਸੀਂ ਡਾਕਟਰ ਸਾਹਿਬ ਦੇ ਭਰਾ ਹੋ, ਨੰਬਰਦਾਰ ਦੀ ਜਿਹੜੀ ਉਹ ਡੈਥ ਹੋ ਚੁੱਕੀ ਸੀ, ਉਸ ਤੋਂ ਬਾਅਦ ਦਾਅਵੇਦਾਰੀ ਤੁਹਾਡੇ ਭਤੀਜੇ ਨੇ ਪੇਸ਼ ਕਰ ਦਿੱਤੀ। ਲੱਖੇ ਸਧਾਣੇ ਨੇ ਇੱਕ ਵੀਡੀਓ ਪਾਈ ਕਿ ਉੱਥੋਂ ਦੀ ਜਿਹੜੀ ਨੰਬਰਦਾਰੀ ਸੀਗੀ ਇੱਕ ਪੰਜਾਬੀ ਨੂੰ ਛੱਡ ਕੇ ਤੇ ਪ੍ਰਵਾਸੀ ਨੂੰ ਦੇ ਦਿੱਤੀ। ਪਹਿਲਾਂ ਤਾਂ ਇਹ ਦੱਸੋ ਕਿ ਇਹ ਸੱਚ ਹੈ ਵੀ ਇਹ ਸਭ ਕੁਝ ਸੱਚ ਹੋਇਆ ਜੋ ਮੈਂ ਪਹਿਲਾਂ ਵੀ ਬੋਲਿਆ, ਜਿਹੜਾ ਤੁਸੀਂ ਮੈਨੂੰ ਦੱਸਿਆ ਕਿ ਇਹ ਠੀਕ ਹੋਇਆ ਸਭ ਕੁਝ ਇੱਥੇ, ਇੱਦਾਂ ਹੀ ਹੋਇਆ? ਬਿਲਕੁਲ ਜੀ, ਇਹਦੇ ਵਿੱਚ 100% ਸੱਚਾਈ ਹੈ ਜੋ ਲੱਖਾ ਸਡਾਣਾ ਜੀ ਨੇ ਬੋਲਿਆ ਹੈ ਕਿ ਮਲੋਟ ਪਿੰਡ ਦੇ ਵਿੱਚ ਕਿਸ ਤਰ੍ਹਾਂ ਇੱਕ ਪੰਜਾਬੀ ਤੋਂ ਹੱਕ ਖੋਹ ਕੇ ਇੱਕ ਪ੍ਰਵਾਸੀ ਨੂੰ ਦੇ ਦਿੱਤਾ ਗਿਆ। ਜਦਕਿ ਮੈਂ ਤੁਹਾਨੂੰ ਕਾਨੂੰਨੀ ਨੁਕਤੇ ਤੇ ਦੋ ਕੁ ਪੁਆਇੰਟ ਦੱਸਣਾ ਚਾਹੁੰਦਾ ਕਿ ਜਿਹੜਾ ਪੰਜਾਬ ਗੌਰਮੈਂਟ ਦਾ ਗਜਟ ਐਕਸਟਰਾ ਅਕਤੂਬਰ 5/2006 ਦਾ ਗਜਟ ਨੋਟੀਫਿਕੇਸ਼ਨ ਹੈ, ਉਹਦੇ ਵਿੱਚ ਇਹ ਕਲੀਅਰ ਲਿਖਿਆ ਗਿਆ ਕਿ 50% ਆਫ ਦਾ ਵੈਕੰਸੀਜ ਇਫ ਦਾ ਕੋਟਾ ਰਿਜ਼ਰਵਡ ਫਾਰ ਦਾ ਸ਼ਡਿਊਲ ਕਾਸਟ ਇਨ ਡਾਇਰੈਕਟ ਰਿਕਰੂਟਮੈਂਟ ਸ਼ੈਲ ਬੀ ਆਫਰਡ ਟੂ ਦਾ ਵਾਲਮੀਕੀਜ਼ ਐਂਡ ਮਜ਼੍ਹਬੀ ਸਿੱਖਸ ਇਫ ਅਵੇਲੇਬਲ ਐਟ ਦਾ ਫਸਟ ਪ੍ਰੈਫਰੈਂਸ ਅਮੰਗਸ ਦਾ ਸ਼ਡਿਊਲ ਕਾਸਟ। ਤਾਂ ਇਹਦੇ ਈਵਜ਼ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਪੋਸਟ ਹੈਗੀ ਸੀਗੀ ਪ੍ਰਵਾਸੀ ਅਤੇ ਪ੍ਰਵਾਸੀ ਜਿੱਥੇ ਅਪੁਆਇੰਟ ਕੀਤਾ ਗਿਆ, ਇਹ ਸ਼ਡਿਊਲ ਕਾਸਟ ਜਾਤੀ ਨਾਲ ਸੰਬੰਧਿਤ ਕੈਂਡੀਡੇਟ ਵਾਸਤੇ ਸੀ, ਕਿਉਂਕਿ ਮੇਰਾ ਬ੍ਰਦਰ ਜਗਜੀਤ ਸਿੰਘ ਉਹ ਇੱਕ ਸ਼ਡਿਊਲ ਕਾਸਟ ਪੋਸਟ ਦੇ ਉੱਤੇ ਨਿਯੁਕਤ ਹੋਇਆ ਸੀ ਨੰਬਰਦਾਰ, ਅਤੇ ਉਸਦੀ ਮੌਤ ਤੋਂ ਉਪਰੰਤ ਇਹ ਪੋਸਟ ਜਿਹੜੀ ਭਰੀ ਜਾਣੀ ਸੀ ਇਹ ਸ਼ਡਿਊਲ ਕਾਸਟ ਦੇ ਕੈਂਡੀਡੇਟ ਵੱਲੋਂ ਹੀ ਨੂੰ ਦੇਣੀ ਚਾਹੀਦੀ ਸੀ। ਤਾਂ ਉਹ ਸ਼ਡਿਊਲ ਕਾਸਟ ਮਜ਼੍ਹਬੀ ਸਿੱਖ ਬਰਾਦਰੀ ਨਾਲ ਹੋਣ ਦੇ ਨਾਤੇ ਜਿਹੜੇ ਕਿ ਰੂਲਾਂ ਤਹਿਤ ਮਜ਼੍ਹਬੀ ਸਿੱਖਾਂ ਨੂੰ 50% ਕੋਟਾ ਜਿਹੜਾ ਹੈ ਅਮੰਗਸ ਦਾ ਸ਼ਡਿਊਲ ਕਾਸਟ ਵੈਕੰਸੀਜ਼ ਦੇਣਾ ਬਣਦਾ ਹੈ, ਤਾਂ ਉਹ ਹੱਕ ਜਿਹੜਾ ਹੈ ਇਹਦੇ ਉਹ ਜਗਜੀਤ ਸਿੰਘ ਦੇ ਬੇਟੇ ਨੂੰ ਦੇਣ ਦੀ ਬਜਾਏ ਇੱਕ ਪ੍ਰਵਾਸੀ ਨੂੰ ਉਹਦੇ ਤੇ ਨਿਯੁਕਤ ਕਰ ਦਿੱਤਾ ਗਿਆ ਨੰਬਰਦਾਰ। ਤਾਂ ਇਹਦੇ ਵਿੱਚ ਘਪਲਾ ਕਿੱਥੇ ਹੋ ਗਿਆ? ਸਰਕਾਰੀ ਤਾਮਝਾਮ ਸ਼ਸਤਰ ਜਿਹੜਾ ਸਾਰਾ ਕੁਝ ਚਲਾਉਂਦੇ ਉਹ ਚੱਲ ਗਿਆ, ਜਾਂ ਫਿਰ ਇਹ ਕਾਬਲ ਨਹੀਂ ਸੀ, ਕੀ ਕਾਰਨ ਕੀ ਬਣਿਆ? ਇੱਥੋਂ ਇਹੀ ਲੱਗਦਾ ਵੀ ਜਿਹੜਾ ਸਰਕਾਰੀ ਤੰਤਰ ਹੈਗਾ ਉਹ ਕਾਨੂੰਨਾਂ ਦੀ ਪਰਵਾਹ ਹੀ ਨਹੀਂ ਕਰਦਾ। ਕਾਨੂੰਨ ਜਾਂ ਤਾਂ ਕਾਨੂੰਨ ਜਾਣਦੇ ਹੀ ਨਹੀਂ ਹੈ ਜਾਂ ਉਹ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ ਇੱਛਾ ਨਹੀਂ ਰੱਖਦੇ, ਇਸ ਕਰਕੇ ਇਹ ਰੋਲ ਗਦੋਲ ਜਿਹੜਾ ਹੈ ਧੱਕੇਸ਼ਾਹੀ ਜਿਹਨੂੰ ਕਹਿ ਲਓ ਉਹ ਹੋ ਰਹੀ ਹੈ, ਜਾਂ ਜੋ ਮਨ ਆਉਂਦਾ ਉਹ ਕਰਦੇ ਆ। ਕਾਨੂੰਨ ਨੂੰ ਤਾਂ ਇੱਕ ਪਾਸੇ ਸ਼ਿੱਕੇ ਟੰਗ ਰੱਖਿਆ ਗਿਆ। ਧੱਕੇਸ਼ਾਹੀ ਕਰਦਾ ਕੌਣ? ਅਕਾਲੀ ਕਰਕੇ, ਕਾਂਗਰਸੀ ਕਰਕੇ, ਬੀਜੇਪੀ ਵਾਲੇ ਕਰਕੇ ਕਿ ਆਮ ਆਦਮੀ ਪਾਰਟੀ ਵਾਲੇ ਕਰਕੇ? ਇਹ ਹੋਇਆ ਕਿਹੜੀ ਸਰਕਾਰ ਦੇ ਵਿੱਚ? ਦੇਖੋ, ਇਹ ਤਾਂ ਮੌਜੂਦਾ ਸਰਕਾਰ ਦੇ ਸਮੇਂ ਦੇ ਹੋਇਆ। ਹੁਣ ਇਹ ਗੱਲ ਹੀ ਹੈ, ਬਿਲਕੁਲ ਰੀਸੈਂਟਲੀ ਗੱਲ ਹੈ, ਪਿਛਲੇ ਸਾਲ ਦੀ ਗੱਲ ਹੈ। ਤੇ ਇਸ ਦੇ ਜਿਹੜਾ ਡੀਸੀ ਸਾਹਿਬ ਨੇ ਫੈਸਲਾ ਦਿੱਤਾ ਸੀਗਾ ਪ੍ਰਵਾਸੀ ਨੂੰ ਇਸ ਨਿਯੁਕਤੀ ਪੱਤਰ ਦੇਣ ਦਾ, ਉਹਦੇ ਵਿਰੁੱਧ ਅਸੀਂ ਡੀਸੀ ਸਾਹਿਬ ਕੋਲ ਵੀ ਆਪਦਾ ਪੱਖ ਰੱਖਿਆ ਸੀ, ਔਰ ਉਸ ਤੋਂ ਉਸ ਫੈਸਲੇ ਦੇ ਵਿਰੁੱਧ ਅਸੀਂ ਕਮਿਸ਼ਨਰ ਫਿਰੋਜ਼ਪੁਰ ਸਾਹਿਬ ਪਾਸ ਵੀ ਅਪੀਲ ਦਾਇਰ ਕੀਤੀ ਜੀ, ਲੇਕਿਨ ਸਾਨੂੰ ਨਿਆਂ ਜਿਹੜਾ ਕਮਿਸ਼ਨਰ ਸਾਹਿਬ ਦੇ ਦਫ਼ਤਰੋਂ ਵੀ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਸਾਨੂੰ ਇਹ ਲੱਗਦਾ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਿਹੜੀ ਹੈ ਜਿਹੜੀ ਜੜ ਹੈਗੀ ਹੈ ਉਹ ਉਖੜ ਗਈ ਹੈ, ਤੇ ਹੁਣ ਇਹਨਾਂ ਦੀ ਜਿਹੜੀ ਪੰਜਾਬੀਅਤ ਦੀ ਜਿਹੜੀ ਨਿਗਾਰ ਜਿਹੜਾ ਹੈਗਾ ਆਉਣਾ ਸ਼ੁਰੂ ਹੋ ਗਿਆ। ਖਤਰੇ ਦੇ ਵਿੱਚ ਹੈ, ਪੰਜਾਬੀ ਵੀ ਖਤਰੇ ਵਿੱਚ ਹੈ, ਪੰਜਾਬ ਵੀ ਖਤਰੇ ਵਿੱਚ ਹੈ, ਤੇ ਪੰਜਾਬੀ ਲੋਕ ਵੀ ਖਤਰੇ ਵਿੱਚ ਨੇ। ਉਹਨਾਂ ਦਾ ਅਸਤਿਤਵ ਜਿਹੜਾ ਹੈਗਾ ਨਾ
ਉਹ ਜਿਹੜਾ ਉਹ ਹੁਣ ਡਾਵਾਂਡੋਲ ਹੋਇਆ ਪਿਆ। ਸਾਡੇ ਹੱਕ ਖੋਏ ਜਾ ਰਹੇ ਹੈ ਤੇ ਇਹ ਅੰਤ ਇਹਦਾ ਜਿਹੜਾ ਹੈਗਾ ਉਹ ਸਾਨੂੰ ਇੱਥੋਂ ਪੰਜਾਬ ਦੇ ਉੱਤੇ ਇੱਕ ਤਰ੍ਹਾਂ ਦਾ ਪੰਜਾਬੀਆਂ ਦਾ ਕੋਈ ਇਹਦੇ ਵਿੱਚ ਇੱਥੋਂ ਦੇ ਲੋਕਲ ਲੀਡਰ MLA ਦੀ ਪਾਵਰ ਚੱਲੀ ਜਾਂ ਕਿੰਦੀ ਚੱਲ ਗਈ, ਦੱਸ ਸਕਦੇ ਹੋ ਕੁਛ? ਨੈਚੁਰਲੀ ਹੁਣ ਇੱਥੋਂ ਲੋਕਲ ਐਡਮਿਨਿਸਟ੍ਰੇਸ਼ਨ ਪਲੱਸ ਇੱਥੋਂ ਦੀ ਪੋਲੀਟੀਕਲ ਜਿਹੜੀ ਲੀਡਰਸ਼ਿਪ ਹੈ, ਰੂਲਿੰਗ ਪਾਰਟੀ ਇੱਥੋਂ ਦੇ MLA ਨੇ ਮੈਡਮ ਬਲਜੀਤ ਕੌਰ ਜੀ, ਤੇ ਉਹਨਾਂ ਦੇ ਉਹਨਾਂ ਦਾ ਰਾਜ ਵੀ ਉਹਨਾਂ ਦਾ ਹੈਗਾ ਆਮ ਆਦਮੀ ਪਾਰਟੀ ਦਾ, ਤੇ ਉਹਨਾਂ ਦੇ ਹੱਥਾਂ ਵਿੱਚ ਸਮਾਜਿਕ ਸੁਰੱਖਿਆ ਮੰਤਰੀ ਨੇ, ਤੇ ਜਿਹੜੀ ਆਹ ਦੇਖ ਲਓ ਸਮਾਜ ਸੇਵਾ ਜਾਂ ਦਲਿਤਾਂ ਦੇ ਹੱਕ ਜਿਹੜੇ ਹੈਗੇ ਆ ਉਹਨਾਂ ਦੇ ਰਾਜ ਵਿੱਚ, ਉਹਨਾਂ ਦੀ ਕੌਂਸੀਕੁਐਂਸੀ ਦੇ ਵਿੱਚ ਦਲਿਤਾਂ ਦੇ ਹੱਕ ਜਿਹੜੇ ਸੁਰੱਖਿਅਤ ਨਹੀਂ, ਖਾਸ ਕਰਕੇ ਪੰਜਾਬ ਦੇ ਦਲਿਤਾਂ ਦੇ ਹੱਕ ਖੋਏ ਜਾ ਰਹੇ ਆ। ਜਿਵੇਂ ਤੁਸੀਂ ਕਿਹਾ ਕਿ ਬਾਹਰ ਦਾ ਬੰਦਾ ਆ ਕੇ ਸਰਟੀਫਿਕੇਟ ਤਾਂ ਬਣਾ ਸਕਦਾ ਪਰ ਨੌਕਰੀ ਨਹੀਂ ਲੈ ਸਕਦਾ ਗਾ। ਬਿਲਕੁਲ ਜੀ, ਸਰਕਾਰੀ ਕਾਨੂੰਨ ਹੈ ਕਿ ਜਿਹੜੀਆਂ 29 ਕਾਸਟਾਂ ਗੌਰਮੈਂਟ ਨੇ ਗਜਟ ਨੋਟੀਫਿਕੇਸ਼ਨ ਦੇ ਵਿੱਚ ਦਰਜ ਕੀਤੀਆਂ ਗਈਆਂ, ਨੋਟੀਫਾਈ ਹੋਈਆਂ ਵੀ ਆਹ ਕਾਸਟਾਂ ਜਿਹੜੀਆਂ 29 ਹੈ ਇਹ ਪੰਜਾਬ ਦੇ ਵਿੱਚ ਸ਼ਡਿਊਲ ਕਾਸਟ ਹੈਗੀਆਂ, ਤੇ ਉਹ 29 ਕਾਸਟਾਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹ ਆਪਦਾ ਜਾਤੀ ਸਰਟੀਫਿਕੇਟ ਇਸ਼ੂ ਕਰਵਾ ਸਕਦੇ ਆ ਪੰਜਾਬ ਸਰਕਾਰ ਦੇ ਦਫ਼ਤਰਾਂ 'ਚੋਂ। ਤੇ ਕਾਨੂੰਨ ਇਹ ਵੀ ਕਹਿੰਦਾ ਵੀ ਜੇ ਕੋਈ ਪੰਜਾਬ ਤੋਂ ਬਾਹਰ ਦਾ ਇਹਨਾਂ 29 ਕਾਸਟਾਂ ਦੇ ਨਾਲ ਸੰਬੰਧ ਰੱਖਦਾ ਕੋਈ ਵੀ ਵਾਸੀ ਇੱਥੇ ਪ੍ਰੈਜੈਂਟਲੀ ਕੱਚੇ ਤੌਰ 'ਤੇ ਰਹਿ ਰਿਹਾ ਹੈ, ਉਹ ਸਰਟੀਫਿਕੇਟ ਤਾਂ ਪੰਜਾਬ 'ਚੋਂ ਬਣਾ ਸਕਦਾ ਇਹਨਾਂ 29 ਕਾਸਟਾਂ ਨਾਲ ਸੰਬੰਧਿਤ ਜਾਤ ਦਾ, ਲੇਕਿਨ ਕਾਨੂੰਨ ਉਹਨੂੰ ਇਜਾਜ਼ਤ ਇਹ ਨਹੀਂ ਦਿੰਦਾ ਕਿ ਉਹ ਉਸ ਸਰਟੀਫਿਕੇਟ ਦੇ ਉੱਤੇ ਪ੍ਰਵਾਸੀ ਸਰਕਾਰੀ ਨੌਕਰੀ ਜੁਆਇਨ ਕਰ ਸਕੇ। ਸਰਕਾਰੀ ਨੌਕਰੀ ਹੀ ਨਹੀਂ, ਕਾਨੂੰਨ ਤਾਂ ਮੈਂ ਤੁਹਾਨੂੰ ਇੱਕ ਲਾਈਨ ਦੱਸਾਂਗਾ ਕਿ ਜਿਹੜੇ ਗੱਜਣ ਨੋਟੀਫਿਕੇਸ਼ਨ ਉਹ ਕਹਿੰਦਾ ਹੈ ਪੰਜਾਬ ਸਰਕਾਰ ਦਾ ਕਿ ਰਿਜ਼ਰਵੇਸ਼ਨ ਸ਼ੈਲ ਬੀ ਐਪਲੀਕੇਬਲ ਟੂ ਦਾ ਵੈਕੈਂਸੀਜ਼ ਟੂ ਬੀ ਫਿਲਡ ਔਨ ਅਡਹੋਕ ਬੇਸਿਸ, ਸ਼ਾਰਟ ਟਰਮ ਵੈਕੈਂਸੀਜ਼, ਵਰਕ ਚਾਰਜ, ਸਟਾਫ ਐਸਟੈਬਲਿਸ਼ਮੈਂਟ, ਡੇਲੀ ਵੇਜਿਸ ਸਟਾਫ ਐਂਡ ਦਾ ਸਟਾਫ ਅੰਗੇਜਡ ਔਨ ਕੰਟੈਕਟ ਬੇਸਿਸ। ਕਿਸੇ ਵੀ ਕੈਟੇਗਰੀ ਦਾ ਭਾਵੇਂ ਇੱਕ ਦਿਨ ਵਾਸਤੇ ਵੀ ਲਾਉਣਾ ਹੈ ਡੇਲੀ ਵੇਜ 'ਤੇ, ਚਾਹੇ ਉਹ ਕੰਟੈਕਟ ਬੇਸ 'ਤੇ ਰੱਖਣਾ ਹੈ, ਚਾਹੇ ਕੋਈ ਰੈਗੂਲਰ ਵਰਕ ਚਾਰਜ ਜਾਂ ਦੂਜਾ ਰੱਖਣਾ, ਉਹ ਤਾਂ ਬਹੁਤ ਦੂਰ ਦੀ ਗੱਲ ਹੈ। ਆਪਾਂ ਕੰਟੈਕਟ ਬੇਸ 'ਤੇ ਵੀ ਜਿਹੜਾ ਪ੍ਰਵਾਸੀ ਹੈ ਉਹਨੂੰ ਸਰਕਾਰੀ ਕੰਮ 'ਤੇ ਨਹੀਂ ਲਾ ਸਕਦੇ, ਔਰ ਇਹ ਸਰਾਸਰ ਧੱਕਾ ਹੋਇਆ, ਉਹ ਸਰਕਾਰ ਦੇ ਵੱਲੋਂ ਹੋਇਆ, ਸਰਕਾਰ ਦੇ MLA ਸਾਹਿਬ ਇੱਥੋਂ ਦੇ, ਸਰਕਾਰ ਦੇ MLA ਨੇ, ਮਿਨਿਸਟਰ ਸਾਹਿਬ ਨੇ, ਡਿਸੀਜਨ ਮੇਕਿੰਗ ਪਾਵਰ ਹੈ ਇਹਨਾਂ ਕੋਲ, ਕੈਬਨਿਟ ਮਿਨਿਸਟਰ ਨੇ, ਆਪ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨ ਦੀਆਂ ਧੱਜੀਆਂ ਜੇ ਉਡਾਉਣਗੇ ਤਾਂ ਪੰਜਾਬ ਪੰਜਾਬੀਅਤ ਦਾ ਹੀ ਹੋਂਦ ਜਿਹੜੀ ਹੈ ਉਹ ਤਾਂ ਖਤਰੇ ਦੇ ਵਿੱਚ ਇਸ ਸਰਕਾਰ ਦੇ ਹੱਥੋਂ ਪੈ ਚੁੱਕੀ ਹੈ। ਪਹਿਲਾਂ ਹੁੰਦਾ ਸੀ ਕਿ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਸਰਕਾਰੀ ਥਾਵਾਂ 'ਤੇ ਜਿਹੜੀਆਂ ਉਹੋ ਜਿਹੀਆਂ ਪੋਸਟਾਂ ਹੁੰਦੀਆਂ ਸੀ ਉੱਥੋਂ ਤੱਕ ਕਬਜ਼ਾ ਸੀ, ਹੁਣ ਸਰਪੰਚਾਂ ਨੰਬਰਦਾਰਾਂ ਤੱਕ ਜਦੋਂ ਗੱਲ ਆਈ ਤਾਂ ਇਹਦਾ ਮਤਲਬ ਹੈ ਕਿ ਉਤਲੇ ਲੈਵਲ 'ਤੇ ਵੀ ਉਹ ਬੈਠੇ ਆ, ਥਰੜੇ ਲੈਵਲ 'ਤੇ ਉਹ ਬੈਠੇ ਆ, ਅਤੇ ਖੇਤਰ ਦਾ ਫਿਰ ਖਤਮ ਆ, ਧਰਾਤਲ 'ਤੇ ਖਤਮ ਹੋ ਜੂਗਾ। ਦੇਖੋ ਨਾ ਜੀ, ਹੁਣ ਨਕਸ਼ੇ ਦੀ ਲੜਾਈ ਲੜਾਂਗੇ ਅਸੀਂ ਤਾਂ ਇੱਥੇ ਪੰਜਾਬ ਹੁੰਦਾ ਸੀ ਸਾਡਾ। ਦੇਖੋ ਜਨਾਬ, ਜੇ ਪੰਚ ਸਰਪੰਚ ਪ੍ਰਵਾਸੀ ਬਣਨਗੇ ਤਾਂ ਨੈਚੁਰਲੀ ਉਹ MLA ਵੀ ਕੱਲ੍ਹ ਨੂੰ ਬਣਨਗੇ, ਉਹ MP ਵੀ ਕੱਲ੍ਹ ਨੂੰ ਪ੍ਰਵਾਸੀ ਆਪਦੇ ਬੰਦੇ ਬਣਾਉਣਗੇ। ਲੁਧਿਆਣੇ ਦੇ ਵਿੱਚ ਇਹਨਾਂ ਨੂੰ ਕਿਸੇ ਪੰਜਾਬੀ ਦੀ ਮਿਹਨਤ ਕਰਨ ਦੀ ਲੋੜ ਨਹੀਂ, ਇਹਨਾਂ ਦੀ ਆਪਦੀਆਂ ਹੀ ਵੋਟਾਂ ਨੇ, MLA ਵੀ ਚਾਰ ਚਾਰ ਲੁਧਿਆਣਾ ਸ਼ਹਿਰ ਦੇ ਬਣਾ ਸਕਦੇ ਨੇ ਪ੍ਰਵਾਸੀ, MP ਵੀ ਉੱਥੋਂ ਦਾ ਬਣਵਾ ਸਕਦੇ ਨੇ, ਕਮੇਟੀ 'ਚ ਪ੍ਰਵਾਸੀ ਕਰ ਰਹੇ ਨੇ ਅੱਜ। ਤੇ ਕਾਨੂੰਨ ਸਾਡੇ ਪੱਖ ਦੇ ਵਿੱਚ ਕਿਵੇਂ ਬਣ ਗਿਆ ਜੇ ਪ੍ਰਵਾਸੀ ਕਾਨੂੰਨ ਬਣਾਉਣ ਵਾਲੀ ਕਾਨੂੰਨ ਦੀ ਘਾੜੀ ਲੈਜਿਸਲੇਟਿਵ ਅਸੈਂਬਲੀ ਪੰਜਾਬ ਦੀ 'ਤੇ ਕਬਜ਼ਾ ਕਰਨਗੇ ਤਾਂ ਫਿਰ ਸਾਡੇ ਹੱਕ ਤਾਂ ਜਿਹੜੇ ਹੈ ਕਾਨੂੰਨੀ ਤੌਰ 'ਤੇ ਖੋਏ ਜਾ ਸਕਦੇ, ਸਾਡੇ ਹੱਕ ਜਿਹੜੇ ਹੈ ਉਹ ਨਿਰੰਤਰ ਖਤਰੇ ਦੇ ਵਿੱਚ ਹੈਗੇ ਹੈ। ਅਤੇ ਹੁਣ ਇਹ ਤਲਵਾਰ ਜਿਹੜੀ ਹੈ
ਇੱਕ ਤੋਂ ਬਾਅਦ ਦੋ, ਦੋ ਤੋਂ ਬਾਅਦ ਹਜ਼ਾਰਾਂ ਜਿਹੜੀਆਂ ਤਲਵਾਰਾਂ ਸਾਡੇ ਹੱਕਾਂ ਦੇ ਉੱਤੇ ਲਟਕ ਰਹੀਆਂ ਹਨ। ਜਿਵੇਂ ਉਹਨੇ ਜੱਜਮੈਂਟ 'ਚ ਕਿਹਾ ਕਿ ਉਹ ਕਾਬਲ ਲੱਗਿਆ ਉਹਨਾਂ ਨੂੰ, ਤੁਸੀਂ ਇੱਕ ਲਿਸਟ ਦਿਓ, ਉਹਦੇ ਵਿੱਚ ਇੱਕ ਲਿਖਿਆ ਹੋਇਆ ਸੀਗਾ ਦਾਅਵੇਦਾਰੀ ਤਾਂ ਕਈਆਂ ਵੱਲੋਂ ਪੇਸ਼ ਕੀਤੀ ਗਈ ਸੀ, ਆ ਦਿਖਾਇਓ ਕਿੰਨਿਆਂ ਵੱਲੋਂ ਦਾਅਵੇਦਾਰੀ। ਦੇਖੋ ਜੀ, ਦਾਅਵੇਦਾਰ ਤਾਂ 11 ਕੈਂਡੀਡੇਟ ਹੈਗੇ ਸਨ। ਅੱਛਾ, ਜਿਨ੍ਹਾਂ ਦੇ ਵਿੱਚ ਇੱਕ ਨੰਬਰ ਦੇ ਉੱਤੇ ਦਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਮਲੋਟ ਹੈਗਾ ਹੈ ਜੀ, ਕੁਲਬੀਰ ਸਿੰਘ, ਗੁਰਮੀਤ ਸਿੰਘ, ਹਰਦੇਵ ਸਿੰਘ, ਮਨਪ੍ਰੀਤ ਸਿੰਘ, ਸੁਰਜੀਤ ਸਿੰਘ, ਗੁਰਜੀਤ ਸਿੰਘ, ਕਰਮ ਸਿੰਘ, ਲਵਦੀਪ ਸਿੰਘ, ਸੁਭਾਸ਼ ਚੰਦਰ ਸਿੰਘ, ਜਿਹੜਾ ਇਹ ਰੱਖਿਆ ਗਿਆ। ਦੇਖੋ ਉਹਨੂੰ ਪ੍ਰਵਾਸੀ ਨੂੰ ਸੁਭਾਸ਼ ਚੰਦਰ ਨੂੰ ਸੁਭਾਸ਼ ਚੰਦਰ ਸਿੰਘ ਬਣਾ ਦਿੱਤਾ ਗਿਆ, ਤੇ ਪੰਜਾਬੀਅਤ ਤੇ ਪੰਜਾਬ ਤਾਂ ਆਪੇ ਖਤਰੇ ਚ ਆ ਗਿਆ, ਤੇ ਸਾਡੀ ਮਾਂ ਬੋਲੀ ਤਾਂ ਜਮਾ ਹੀ ਇਹਨਾਂ ਨੇ ਖਤਮ ਕਰ ਦੇਣੀ ਪੰਜਾਬੀ ਉਹਨਾਂ ਡਾਕੂਮੈਂਟਾਂ ਦੇ ਓਰੀਜਨਲ ਡਾਕੂਮੈਂਟਾਂ ਦੇ ਸੁਭਾਸ਼ ਚੰਦਰ ਸਿੰਘ ਆ। ਦੇਖੋ ਜੀ, ਜਦੋਂ ਓਰੀਜਨਲ ਚ ਹੋਏਗਾ ਤਾਂ ਇਹ ਡੀਸੀ ਸਾਹਿਬ ਦਾ ਹੈ। ਹਾਂ, ਸ਼੍ਰੀ ਵਨੀਤ ਕੁਮਾਰ ਆਈਏਐਸ, ਜ਼ਿਲ੍ਹਾ ਕਲੈਕਟਰ, ਡੀਸੀ ਸ਼੍ਰੀ ਮੁਕਤਸਰ ਸਾਹਿਬ, ਇਹ ਉਹਨਾਂ ਦੀ 27-22 ਦੀ। ਹਾਂਜੀ ਹਾਂਜੀ, ਇਹ ਉਹਨਾਂ ਦਾ ਫੈਸਲਾ ਹੈ ਜੀ, ਇਹ ਉਹਨਾਂ ਦਾ ਫੈਸਲਾ ਹੈ, ਅਸਾਈਨ ਹੋਇਆ, ਇਹ ਉਹਨਾਂ ਦਾ ਫੈਸਲਾ ਹੈ ਜੀ ਡੀਸੀ ਸਾਹਿਬ ਦਾ, ਇਹ ਉਹ ਲਿਖ ਰਹੇ ਨੇ। ਇਹ ਸੁਭਾਸ਼ ਚੰਦਰ ਸਿੰਘ, ਸੁਭਾਸ਼ ਚੰਦਰ ਸਿੰਘ ਹੀ ਹੈ ਵੀਰੇ? ਸੁਭਾਸ਼ ਚੰਦਰ ਹੈ ਜੀ, ਸਿੰਘ ਨਹੀਂ ਗਾ ਉਹਦੇ ਚ, ਸਿੰਘ ਨਹੀਂ ਗਾ ਜੀ। ਇਹ ਫਿਰ ਜਿਹੜਾ ਇੱਥੇ ਸਿੰਘ ਲਿਖਿਆ ਹੋਇਆ ਭੁਲੇਖਾ ਪਾਉਣ ਲਈ ਲਿਖਿਆ, ਇਹ ਇੱਕ ਸਾਜ਼ਿਸ਼ ਹੀ ਹੈ ਇੱਕ ਤਰ੍ਹਾਂ ਦੀ। ਅੱਛਾ, ਪੰਜਾਬੀਆਂ ਦੇ ਨਾਲ ਇੱਕ ਸਾਜ਼ਿਸ਼ ਹੀ ਹੈ, ਧੋਖਾ ਹੀ ਹੈ ਪੰਜਾਬ ਦੇ, ਜੇ ਉਹ ਲੋਕ ਸਿੰਘ ਹੈ ਤਾਂ ਸਾਨੂੰ ਤਾਂ ਰਾਮਚੰਦਰ ਬਣਾਉਣਗੇ ਹੀ ਬਣਾਉਣਗੇ, ਫਿਰ ਕਦੇ ਕੋਈ ਰਾਮ ਲਿਖੂਗਾ ਸਾਡੇ ਨਾਂ ਨਾਲ, ਕੱਲ ਨੂੰ ਚੰਦਰ ਲਿਖ ਲੈਣਗੇ। ਇਹ ਐਡਮਿਨਿਸਟ੍ਰੇਸ਼ਨ ਦੀ ਕਾਰਗੁਜ਼ਾਰੀ ਦੇਖ ਲਓ। ਇੱਥੇ ਮੈਂ ਕਈਆਂ ਥਾਵਾਂ ਤੇ ਪੜ੍ਹ ਰਿਹਾ ਸੀ, ਬਹੁਤ ਥਾਵਾਂ ਤੇ ਕਈਆਂ ਤੇ ਇੱਥੇ ਜਿੱਥੇ ਜੱਜਮੈਂਟ ਲਾਸਟ ਦਿੱਤੀ ਉੱਥੇ ਸੁਭਾਸ਼ ਚੰਦਰ ਹੀ ਲਿਖਿਆ ਹੋਇਆ। ਇਸ ਲਈ ਸੁਭਾਸ਼ ਚੰਦਰ ਪੁੱਤਰ ਮਿੱਠੂ ਲਾਲ ਵਾਸੀ ਮਲੋਟ ਨੂੰ ਯੋਗ ਉਮੀਦਵਾਰ ਸਮਝਦੇ ਹੋਏ ਜੇ ਮ੍ਰਿਤਕ ਜਗਜੀਤ ਸਿੰਘ ਐਸੀ ਨੰਬਰਦਾਰ ਪੁੱਤਰ ਜੰਗ ਸਿੰਘ ਪਿੰਡ ਮਲੋਟ ਤਹਿਸੀਲ ਮਲੋਟ ਦੀ ਮੌਤ ਹੋ ਜਾਣ ਕਾਰਨ ਖਾਲੀ ਹੋਈ ਅਸਾਮੀ ਤੇ ਉਮੀਦਵਾਰ ਸੁਭਾਸ਼ ਚੰਦਰ ਪੁੱਤਰ ਮਿੱਠੂ ਲਾਲ ਨੂੰ ਪਿੰਡ ਮਲੋਟ ਤਹਿਸੀਲ ਮਲੋਟ ਸ਼੍ਰੀ ਮੁਕਤਸਰ ਸਾਹਿਬ ਦਾ ਨਵਾਂ ਐਸੀ ਨੰਬਰਦਾਰ ਨਿਯੁਕਤ ਕੀਤਾ ਜਾ ਰਿਹਾ ਹੈ। ਸੋ ਜੋ ਚੀਜ਼ ਮੈਂ ਕਹਿ ਰਿਹਾ ਉਹੀ ਵੀ ਐਸੀ ਪੋਸਟ ਹੈ, 50% ਕੋਟੇ ਮਜ਼੍ਹਬੀ ਸਿੱਖ ਦੇ ਅਗੇਂਸਟ ਜਗਜੀਤ ਸਿੰਘ ਨਿਯੁਕਤ ਹੋਇਆ ਸੀ, ਉਹਦੀ ਮੌਤ ਦੇ ਉਪਰੰਤ 50% ਕੋਟੇ ਮਜ਼੍ਹਬੀ ਸਿੱਖ ਦੇ ਅਧੀਨ ਮਜ਼੍ਹਬੀ ਸਿੱਖ ਉਮੀਦਵਾਰ ਹੀ ਨਿਯੁਕਤ ਕਰਨਾ ਬਣਦਾ ਸੀ। ਹੁਣ ਇੱਕ ਇੱਥੇ ਇਹ ਵੀ ਗੱਲ ਆ, ਮੰਨ ਲਓ ਕਿ ਤੁਹਾਡਾ ਜਿਹੜਾ ਦਵਿੰਦਰ ਸਿੰਘ ਹੈ ਉਹਨਾਂ ਨੇ ਕਿਹਾ ਕਿ ਕਾਬਲ ਨਹੀਂ ਲੱਗਿਆ ਉਹਨਾਂ ਨੂੰ ਜੱਜਮੈਂਟ ਦੇ ਮੁਤਾਬਕ, ਮੰਨ ਲਓ ਵੀ ਇੱਕ ਨੰਬਰ ਛੱਡ ਦਿਓ, ਬਾਕੀ ਤਾਂ 9 ਹੋਰ ਸੀਗੇ ਉਹਦੇ ਮੁਕਾਬਲੇ ਦੇ ਵਿੱਚ। ਬਿਲਕੁਲ, ਇਹਨਾਂ ਚ ਕੁਲਵੀਰ ਸਿੰਘ ਸੀ, ਗੁਰਮੀਤ ਸਿੰਘ ਸੀ, ਗੁਰਦੇਵ ਸਿੰਘ ਸੀ, ਮਨਪ੍ਰੀਤ ਸੀ, ਸੁਰਜੀਤ ਸੀ, ਗੁਰਜੀਤ ਸੀ, ਕਰਮ ਸਿੰਘ ਸੀਗਾ, ਸਾਰੇ ਸਿੰਘ ਹੀ ਨੇ, ਲਵਦੀਪ ਸਿੰਘ ਸੀ, ਸੇਖ ਸਿੰਘ ਸੀ, ਜਿਹੜੇ ਸ਼ਿੰਗਾਰਾ ਸਿੰਘ ਵਾਸੀ ਮਲੋਟ, ਜਿਹੜੇ ਇੱਥੋਂ ਦੇ ਹੀ ਜੰਪਲ ਨੇ। ਕੀ ਇਹਨਾਂ ਚ ਕੋਈ ਹੋਰ ਵੀ ਕਾਬਲ ਨਹੀਂ ਲੱਗਿਆ ਕਿ ਇੱਕ ਜਿਹੜਾ ਬੰਦਾ ਇੱਕ ਹੀ ਬਾਹਰ ਦਾ ਹੋਵੇ ਤੇ ਇੱਕ ਹੀ ਕਾਬਲ ਬਣਾ ਦਿੱਤਾ? ਤੇ ਦੇਖੋ, ਇਹੀ ਤਾਂ ਇੱਕ ਤਰਾਸਦੀ ਹੈ। ਹਾਂ ਵੀ ਇੰਨੇ ਪੰਜਾਬੀ ਨੇ, ਸਾਰਾ ਪੰਜਾਬ ਹੀ ਨਾ ਕਾਬਲ ਹੋ ਗਿਆ, ਤੇ ਕਿਹੋ ਜੀ ਸਰਕਾਰ ਆਈ ਹੈ, ਕਿਵੇਂ ਪੰਜਾਬੀਆਂ ਦੇ ਹੱਕ ਜਿਹੜੇ ਹੈਗੇ ਖੋਏ ਜਾ ਰਹੇ ਨੇ, ਇਹ ਤਾਂ ਪ੍ਰਤੱਖ ਹੈ। ਆਤ ਕੰਗਣ ਕੋ ਆਰ ਸੀ ਕਿਹਾ ਕਿ ਇੰਨਿਆਂ ਦੇ ਵਿੱਚ ਸਾਰਿਆਂ ਦੇ ਵਿੱਚੋਂ ਇੱਕ ਸੁਭਾਸ਼ ਚੰਦਰ ਪ੍ਰਵਾਸੀ ਹੈ, ਬਾਕੀ ਸਾਰੇ ਹੀ ਸਿੰਘ ਹੈ। ਮੰਨ ਲਓ ਕਿ ਜਿਹੜੀ ਦੇਖੋ ਹਾਲਾਤ ਇੱਥੋਂ ਤੱਕ ਜ਼ਿਲ੍ਹੇ ਤੱਕ ਜਿਹੜੀ ਹੈ ਲੀਡਰਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਹੈ। ਤੁਸੀਂ ਇਹ ਕੋਰਟ 'ਚ ਕੇਸ ਨਹੀਂ ਲੈ ਕੇ ਗਏ ਕਿ ਇਹ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਸਾਡੀ ਹੱਕਦਾਰ ਸੀਗਾ? ਮੰਨ ਲਓ ਜੇ ਨਹੀਂ ਵੀ ਹੈ, ਦੂਜੇ ਰਲ ਕੇ ਲੈ ਜਾਂਦੇ ਕਿ ਯਾਰ ਉਹ ਬੰਦਾ ਜਾਂ ਉਹ ਇੱਥੋਂ ਦਾ ਜੰਪਲ ਸੀ, ਅਸਲ ਦੇ ਵਿੱਚ ਹੈ ਕੀ ਹੈ ਕਿ ਉਹ ਇੱਥੋਂ ਦੀ ਕਿੰਨੇ ਕੁ ਚਿਰ ਪੁਰਾਣਾ, ਕਿੰਨਾ ਕੁ ਚਿਰ ਪੁਰਾਣਾ ਇੱਥੇ ਰਹਿ ਰਿਹਾ? ਉਹ 20-25 ਸਾਲ ਹੋ ਗਏ, 20-25 ਸਾਲ ਉਹਨੂੰ ਇੱਥੇ ਹੋ ਗਿਆ, ਮਤਲਬ ਕਿ 30-35 ਸਾਲ ਦੀ ਉਮਰ ਆ, ਤੇ ਉਹ ਕੋਈ ਜ਼ਿਆਦਾ ਪੁਰਾਣਾ ਤਾਂ ਨਹੀਂ ਹੈਗਾ ਫਿਰ ਇੱਥੇ? ਬਿਲਕੁਲ ਨਹੀਂ, ਬਿਲਕੁਲ ਨਹੀਂ ਜੀ, ਚਾਹੇ ਹੋਏ ਵੀ ਤਾਂ ਉਹਦਾ ਇਹ ਪਤਾ ਲੱਗਿਆ ਵੀ ਉਹਦੇ ਪਿਤਾ ਜੀ ਪਹਿਲਾਂ ਵਾਟਰ ਵਰਕਸ ਦੇ ਵਿੱਚ
ਬੇਲਦਾਰ ਚੌਕੀਦਾਰ ਕੋਈ ਇਸ ਤਰ੍ਹਾਂ ਦੀ ਜੌਬ ਕਰਦੇ ਸੀਗੇ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਪਹਿਲਾਂ ਵੀ ਤਾਂ ਪੰਜਾਬੀ ਦੀ ਖੋਈ ਗਈ ਹੁਣ ਗਾਂ ਇਹ ਵੀ ਖੋਈ ਗਈ ਇੱਕ ਪੰਜਾਬੀ ਤੋਂ ਪੋਸਟ ਇਹ ਨੰਬਰਦਾਰ ਦੀ ਤੇ ਇਹ ਤਾਂ ਇੱਕ ਪ੍ਰੋਸੈਸ ਫਿਰ ਸਾਡਾ ਸਾਡਾ ਪੰਜਾਬ ਚ ਕੀ ਰਹਿ ਗਿਆ ਪੰਜਾਬੀਆਂ ਦਾ ਸਾਡਾ ਕੀ ਰਹਿ ਗਿਆ ਪੰਜਾਬੀਆਂ ਦਾ ਵਜੂਦ ਖਤਮ ਹੋਣ ਤੇ ਹੀ ਹੈ ਨਾ ਗੱਲ ਇਹ ਇੱਕ ਸਾਜਿਸ਼ ਹੈ ਜਿਹੜੀ ਕਿ ਸਾਡੇ ਇੱਥੋਂ ਦੇ ਸਰਕਾਰਾਂ ਦੇ ਉੱਤੇ ਕਾਬਜ਼ ਨੇ ਅਹੁਦੇਦਾਰ ਨੇ ਮਿਨਿਸਟਰ ਨੇ ਉਹਨਾਂ ਦੀ ਵੀ ਇਹਦੇ ਮਤਲਬ ਸ਼ਮੂਲੀਅਤ ਹੈ ਜੇ ਅਜੇ ਅਣਹੋਣੀ ਹੋ ਰਹੀ ਹੈ ਸਾਡੇ ਨਾਲ ਸਾਡਾ ਵਜੂਦ ਖਤਰੇ 'ਚ ਪਿਆ ਤਾਂ ਸਰਕਾਰ ਆਟੋਮੈਟਿਕਲੀ ਜ਼ਿੰਮੇਵਾਰ ਹੈ ਇਹਦੇ ਵਿੱਚ ਜਿਹੜਾ ਸਾਡੇ ਹੱਕ ਸੁਰੱਖਿਅਤ ਨਹੀਂ ਕਰ ਰਹੀ ਚੁਣੇ ਅਸੀਂ ਨੁਮਾਇੰਦੇ ਇਹ ਪੰਜਾਬੀਆਂ ਨੇ ਤੇ ਪੰਜਾਬੀਆਂ ਦੇ ਹੱਕ ਹੀ ਸੁਰੱਖਿਅਤ ਨਹੀਂ ਹੈਗੇ ਖਤਰੇ 'ਚ ਨੇ ਮਤਲਬ ਤੁਹਾਨੂੰ ਲੱਗਦਾ ਕਿ ਫਿਰ ਇਹ ਤਾਂ ਹੁਣ ਹਾਈ ਕੋਰਟ 'ਚ ਨਹੀਂ ਤੁਸੀਂ ਮਾਮਲਾ ਲੈ ਕੇ ਜਾਓਗੇ ਕਿਸੇ ਨੂੰ ਦੇਖੋ ਜੀ ਅਜੇ ਤੱਕ ਕਮਿਸ਼ਨਰ ਸਾਹਿਬ ਤੱਕ ਅਪੀਲ ਗਈ ਹੈ ਨੈਕਸਟ ਅਪੀਲ ਜਿਹੜੀ ਹੈਗੀ ਹੈ ਕਾਨੂੰਨੀ ਤੌਰ ਤੇ ਫਾਈਨੈਂਸ਼ੀਅਲ ਕਮਿਸ਼ਨਰ ਸਾਹਿਬ ਕੋਲ ਜਾਣੀ ਹੈ ਉਹਦਾ ਫੈਸਲਾ ਨਹੀਂ ਆਇਆ ਜਿਹੜੀ ਤੁਸੀਂ ਅਪੀਲ ਉਹਦਾ ਉਹਦਾ ਅਜੇ ਤੱਕ ਕੋਈ ਫੈਸਲਾ ਨਹੀਂ ਆਇਆ ਜੀ ਤੇ ਜੇ ਹੋ ਨਹੀਂ ਤਾਂ ਫਿਰ ਅਖੀਰ ਦੇ ਵਿੱਚ ਫੈਸਲਾ ਲੈਣ ਵਾਸਤੇ ਹਾਈ ਕੋਰਟ ਦਾ ਦਰਵਾਜ਼ਾ ਤਾਂ ਖੜਕਾਵਾਂਗੇ ਨਿਆ ਲੈਣ ਲਈ ਹੋਰ ਕੋਈ ਕਾਨੂੰਨੀ ਤੌਰ ਤੇ ਤੁਸੀਂ ਉਸ ਚੀਜ਼ ਦੇ ਉੱਧਰ ਜਾਣਾ ਚਾਹੁੰਦੇ ਹੋ ਜੀ ਜੀ ਹਾਂਜੀ ਜਿਹੜੀ ਇਹ ਚੀਜ਼ ਚਰਚਾ ਬਣੀ ਹੈ ਕਿ ਤੁਹਾਡਾ ਪਿੰਡ ਇੱਕ ਬਹੁਤ ਜ਼ਿਆਦਾ ਚਰਚਿਤ ਬਣ ਗਿਆ ਕਿ ਮਲੋਟ ਪਿੰਡ ਦੇ ਵਿੱਚ ਇਸ ਤਰ੍ਹਾਂ ਕਰਕੇ ਨੰਬਰਦਾਰ ਲੱਗ ਗਿਆ ਤੁਹਾਨੂੰ ਪਤਾ ਲੱਗ ਗਿਆ ਸੀਗਾ ਕਿ ਇੱਥੇ ਸਾਡੇ ਪਿੰਡ ਦੀ ਮਤਲਬ ਕਿ ਜਾਂ ਤੁਹਾਡੇ ਕੋਲੋਂ ਗੱਲ ਗਈ ਹੋਵੇ ਕਿ ਤੁਸੀਂ ਇਹ ਗੱਲ ਕਹੀ ਹੋਵੇ ਕਿ ਇਹ ਵੱਡੇ ਪੱਧਰ ਤੇ ਜਿਹੜੀ ਚੀਜ਼ ਜਾਣੀ ਚਾਹੀਦੀ ਹੈ ਨਹੀਂ ਅਜੇ ਕੋਈ ਗੱਲ ਨਹੀਂ ਮੈਂ ਤਾਂ ਕਦੇ ਰੂਬਰੂ ਹੀ ਨਹੀਂ ਹੋਇਆ ਜੀ ਲੱਖਾਂ ਸਟਾਣਾ ਦੇ ਕੋਈ ਮੇਰਾ ਕੰਟੈਕਟ ਨਹੀਂ ਉਹਨਾਂ ਨਾਲ ਉਹਨਾਂ ਦਾ ਨੰਬਰ ਮੇਰੇ ਕੋਲ ਨਹੀਂ ਹੈ ਮੇਰਾ ਨੰਬਰ ਉਹਨਾਂ ਕੋਲ ਨਹੀਂ ਹੈ ਉਹਨਾਂ ਨੇ ਵੀਡੀਓ ਪਾਈ ਉਹਨਾਂ ਨੇ ਮੈਨੂੰ ਕੋਈ ਫੋਨ ਤਾਂ ਨਹੀਂ ਉਹਨਾਂ ਦਾ ਆਇਆ ਜਾਂ ਮੇਰਾ ਫੋਨ ਉਹਨਾਂ ਕੋਲ ਤਾਂ ਨਹੀਂ ਗਿਆ ਇੱਥੋਂ ਕਿਸੇ ਬੰਦੇ ਨੇ ਜਾਣਕਾਰੀ ਭੇਜੀ ਹੋਣੀ ਜਾਂ ਕਿਵੇਂ ਵੀ ਪਹੁੰਚੀ ਜਾਂ ਤਾਂ ਹੈ ਇਹ ਉਹ ਸੋਰਸਸ ਤਾਂ ਫਿਰ ਉਹ ਹੀ ਦੱਸ ਸਕਦੇ ਆ ਜੀ ਲੱਖਾਂ ਸਡਾਣਾ ਜੀ ਦੱਸ ਸਕਦੇ ਆ ਪਰ ਇੰਨਾ ਹੈ ਵੀ ਅਸੀਂ ਧੰਨਵਾਦੀ ਆ ਜਿਨ੍ਹਾਂ ਨੇ ਪੰਜਾਬ ਪੰਜਾਬੀਅਤ ਦੀ ਰਾਖੀ ਦੇ ਵਾਸਤੇ ਆ ਬੀੜਾ ਚੁੱਕਿਆ ਹੋਇਆ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਆ ਪੰਜਾਬ ਦੇ ਨਾਲ ਹੋ ਰਹੇ ਧੱਕੇ ਨੂੰ ਜਿਹੜੀ ਹੈਗੀ ਹੈ ਉਹ ਉਜਾਗਰ ਕਰਦੇ ਆ ਅਸੀਂ ਮੈਂ ਨਿੱਜੀ ਤੌਰ ਤੇ ਬੜਾ ਉਹਨਾਂ ਦਾ ਧੰਨਵਾਦੀ ਆ ਰਿਣੀ ਆ ਉਹਨਾਂ ਦਾ ਜੋ ਪੰਜਾਬੀਆਂ ਦੀ ਗੱਲ ਕਰਦੇ ਆ ਉਹਨਾਂ ਦੀ ਲੜਾਈ ਲੜਦੇ ਆ ਇਹ ਮਾਮਲਾ ਕੋਈ ਇੱਕ ਪਹਿਲਾ ਮਾਮਲਾ ਨਹੀਂ ਹੈਗਾ ਗਾ ਬਹੁਤ ਪਿੰਡਾਂ ਦੇ ਵਿੱਚ ਇੱਦਾਂ ਦੇ ਮਾਮਲੇ ਹੈ ਆ ਜਿੱਥੇ ਦੇ ਗੁੱਝੇ ਆ ਪਰ ਬਾਹਲੇ ਪਿੰਡ ਦੇ ਜਿਹਨਾਂ ਨੇ ਲੋਕਾਂ ਨੇ ਇਹ ਪਾਵਰਾਂ ਦਿੱਤੀਆਂ ਨਾ ਉਹ ਇਹ ਚੀਜ਼ ਤੋਂ ਹੁਣ ਡਰ ਵੀ ਰਹੇ ਆ ਕਿ ਕਿਤੇ ਸਾਡੇ ਪਿੰਡ ਦਾ ਨਾਂ ਜਿਹੜਾ ਉੱਭਰ ਕੇ ਸਾਹਮਣੇ ਨਾ ਆ ਜਾਵੇ ਤੇ ਕਿਤੇ ਕਲੰਕਤ ਨਾ ਬਣ ਜਾਵੇ ਕਿਉਂਕਿ ਮੀਹਣੋ ਮੀਹਣੀਆਂ ਤੱਕ ਦੀ ਗੱਲ ਆ ਜਾਂਦੀ ਹੈ ਕਿ ਯਾਰ ਤੁਸੀਂ ਮਰੇ ਸੀਗੇ ਕਿ ਮੈਂ ਕਿਸੇ ਦੇ ਖਿਲਾਫ ਇਸ ਕਰਕੇ ਨਹੀਂ ਗਾ ਕਿ ਕਮਾਈ ਕਰਨ ਸਾਡੇ ਲੋਕ ਵੀ ਬਾਹਰਲੇ ਸੂਬਿਆਂ 'ਚ ਜਾਂਦੇ ਆ ਕਮਾਈ ਕਰੋ ਪਰ ਉੱਥੋਂ ਦੇ ਰਾਜ ਭਾਗ 'ਤੇ ਜਦੋਂ ਤੁਸੀਂ ਡਾਕਾ ਮਾਰੋਗੇ ਨਾ ਜਾ ਕੇ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਕਰਨਾ ਵੀ ਨਹੀਂ ਉਹਨਾਂ ਨੇ ਕਰਨਾ ਚਾਹੀਦਾ ਵੀ ਨਹੀਂ ਗਾ ਕਿਉਂਕਿ ਜਦੋਂ ਸਾਡੇ ਰਾਜ ਭਾਗ ਤੇ ਆਖੀ ਮੰਨ ਲਓ ਜੇ ਇੱਥੋਂ ਦਾ ਜਨਮ ਭੂਮੀ ਆ ਇੱਥੇ ਉਹਨਾਂ ਦੇ ਵੱਡੇ ਵਡੇਰੇ ਜੰਮੇ ਪੈਦਾ ਹੋਏ ਆ ਜਾਂ ਪੰਜਾਬ ਦੀ ਕੀਤੀ ਹੈ ਕੱਲ ਨੂੰ ਗੱਲ ਪੰਜਾਬੀ ਦੀ ਆਊਗੀ ਕੱਲ ਨੂੰ ਗੱਲ ਜਿਹੜੀ ਆਉਣੀ ਹੈ ਉਹ ਮਰਦਮਸ਼ੁਮਾਰੀਆਂ ਤੱਕ ਦੀ ਆਉਣੀ ਹੈ ਜਦੋਂ ਇੱਥੇ ਹੋਣਗੀਆਂ ਤੇ ਫਿਰ ਜਦੋਂ ਉਹ ਬੋਲੀਆਂ ਜਾਣੀਆਂ ਮੰਨ ਲਓ ਜੇ ਕੱਲ ਨੂੰ ਮਰਦਮਸ਼ੁਮਾਰੀ ਤੱਕ ਗੱਲ ਆ ਜਾਂਦੀ ਆ ਨੰਬਰਦਾਰਾਂ ਸਰਪੰਚਾਂ ਦੇ ਮਤਿਆਂ ਦੀ ਗੱਲ ਆ ਜਾਂਦੀ ਹੈ ਕਿ ਇੱਥੋਂ ਦੀ ਜਿਹੜੀ ਭਾਸ਼ਾ ਦੇ
ਬੋਲੀ ਚੇਂਜ ਕਰ ਦਿੱਤੀ ਜਾਵੇ ਜਾਂ ਇੱਕੋ ਬੋਲੀ ਇੱਕੋ ਦੇਸ਼ ਵਾਲੀਆਂ ਗੱਲਾਂ ਚੱਲਦੀਆਂ ਅੰਦਰ ਖਾਤੇ ਕਿਤੇ ਨਾ ਕਿਤੇ, ਪਰ ਉਹ ਸੂਬਿਆਂ ਨੂੰ ਛੱਡ ਕੇ ਉਰਲੇ ਸੂਬੇ ਕਿਤੇ ਨਾ ਕਿਤੇ ਕੋਡੇ ਵੀ ਹੋਏ ਇਸ ਚੀਜ਼ ਨਜ਼ਰ ਆਉਂਦੇ ਆ ਕਿ ਉਹਨਾਂ ਨੇ ਆਪਦੇ ਸਾਈਨ ਬੋਰਡ ਹਿੰਦੀ 'ਚ ਕਰ ਦਿੱਤੇ, ਰਾਜਸਥਾਨ, ਹਰਿਆਣਾ, ਹਿਮਾਚਲ, ਇਹਨਾਂ ਚੀਜ਼ਾਂ ਨੂੰ ਜੇ ਦੇਖੀਏ ਤਾਂ ਗੁਜਰਾਤੀ ਵਾਲੇ ਹਜੇ ਉਹ ਪਰਲੇ ਪਾਸੇ ਵਾਲੇ ਉਹ ਅੜੇ ਆਉਂਦੇ ਆ ਹਜੇ, ਉਹ ਆਪਦੇ ਸਟੈਂਡ ਤੇ ਹੈਗੇ, ਉਹ ਕਹਿੰਦੇ ਕਿ ਤਾਮਲੀ ਤੇ ਤਾਮਲੀ 'ਚ ਹੀ ਗੱਲ ਕਰਨੀ ਆ। ਤੇ ਸਾਡੇ ਲੋਕ ਕੀ ਆ, ਇਹ ਖੁਦ ਆਪ ਦੇ ਆਪ ਨੂੰ ਉਵੇਂ ਦਾ ਜਿਹੜਾ ਫੀਲ ਕਰਾਉਣ ਲੱਗ ਪਏ ਨੇ, ਤੇ ਕੱਲ ਨੂੰ ਫਿਰ ਸਾਨੂੰ ਇਹ ਲੜਾਈਆਂ ਲੜਨੀਆਂ ਪੈਣੀਆਂ ਜਾਂ ਇੱਥੇ ਮਰਦਮਸ਼ੁਮਾਰੀਆਂ ਹੋਣਗੀਆਂ, ਉਹਨਾਂ ਮਰਦਮਸ਼ੁਮਾਰੀਆਂ ਦੇ ਵਿੱਚ ਸਾਡੇ ਬੰਦੇ ਜਿਹੜੇ ਆ ਉਹ ਜਾ ਕੇ ਫਿਰ, ਕਿਉਂਕਿ ਨੰਬਰਦਾਰ ਸਰਪੰਚ ਉਹ ਹੋਣਗੇ ਤੇ ਸੁਭਾਵਿਕ ਗੱਲ ਆ ਕਿ ਉਹ ਫਿਰ ਦੱਸਣਗੇ ਕਿ ਯਾਰ ਇੱਥੇ ਤਾਂ ਸਾਰੇ ਬੈਠੇ ਹੀ ਉਹ ਆ ਸੀ। ਬਿਲਕੁਲ ਜੀ ਬਿਲਕੁਲ, ਇਹ ਦੇਖੋ ਨਾ ਜੀ, ਜੇ ਇੱਕ ਰਾਹ ਜਿਹੜਾ ਤੁਰ ਪਿਆ, ਜੇ ਇੱਕ ਕਦਮ ਪੱਟਿਆ ਤੇ ਫਿਰ ਦੂਜਾ ਵੀ, ਫਿਰ ਤੀਜਾ ਕਦਮ ਵੀ, ਫਿਰ ਚੌਥਾ ਸਟੈਪ ਵੀ, ਉਹ ਸਾਡੇ ਐਂਟੀ ਪੰਜਾਬੀ ਤਾਂ ਹੋਏਗਾ ਹੀ ਹੋਏਗਾ, ਪੰਜਾਬੀ ਬੋਲੀ ਤੱਕ ਵੀ ਮਾਂ ਬੋਲੀ ਸਾਡੀ ਵੀ ਖੋਈ ਜਾਊਗੀ, ਉਹ ਵੀ ਬਦਲੀ ਜਾਊਗੀ। ਹੁਣ ਬੋਰਡ ਜਿਹੜੇ ਨੇ, ਮੈਂ ਦੇਖਿਆ ਜਿਹੜੇ ਸੈਂਟਰ ਗੌਰਮੈਂਟ ਦੇ ਬੋਰਡ ਲੱਗਦੇ ਆ, ਉੱਥੇ ਤਿੰਨ ਭਾਸ਼ਾਵਾਂ ਲਿਖੀਆਂ ਜਾਂਦੀਆਂ, ਅੰਗਰੇਜ਼ੀ ਲਿਖੀ ਜਾਂਦੀ ਹੈ, ਹਿੰਦੀ ਲਿਖੀ ਜਾਂਦੀ ਹੈ, ਪੰਜਾਬੀ ਲਿਖੀ ਜਾਂਦੀ ਹੈ। ਇਟ ਮੀਨਸ ਕਿ ਪੰਜਾਬੀ ਦੇ ਉੱਤੇ ਬੋਝ ਤਾਂ ਪੈ ਗਿਆ, ਹਿੰਦੀ ਦਾ ਵੀ ਪਾ ਰਹੇ ਹਾਂ, ਅੰਗਰੇਜ਼ੀ ਦਾ ਵੀ ਪਾ ਰਹੇ ਹਾਂ। ਮੰਨ ਲਓ ਚਲੋ ਹਿੰਦੀ ਸਾਡੀ ਨੈਸ਼ਨਲ ਲੈਂਗੁਏਜ ਹੈਗੀ ਹੈ, ਪਰ ਅੰਗਰੇਜ਼ੀ ਸਾਡੇ 'ਤੇ ਕਦੋਂ ਇਹ ਕਦੋਂ ਦਾ ਬੋਝ ਪਾਉਣਾ ਸ਼ੁਰੂ ਕਰ ਦਿੱਤਾ। ਕੱਲ੍ਹ ਨੂੰ ਤਾਂ ਫਰੈਂਚ ਵਾਲੇ ਵੀ ਆਖਣਗੇ ਚਲੋ ਵੀ ਫਰੈਂਚ ਨਾਲ ਸਾਡਾ ਰਿਲੇਸ਼ਨ ਫਰੈਂਚ ਆ ਜਾਊਗੀ, ਹੈਂ ਜਰਮਨ ਭਾਸ਼ਾ ਆ ਜਾਊਗੀ। ਇਹ ਜਿਹੜਾ ਚੀਜ਼ਾਂ ਬੜੀਆਂ ਵਿਚਾਰਨ ਵਾਲੀਆਂ ਹੈਗੀਆਂ ਹੈ ਕਿ ਸਾਨੂੰ ਸਾਡਾ ਆਪਾ ਜਿਹੜਾ ਹੈਗਾ ਉਹਨੂੰ ਮਿਟਾਉਣਾ ਨਹੀਂ ਚਾਹੀਦਾ, ਉਹਨੂੰ ਬਰਕਰਾਰ ਰੱਖਣਾ ਚਾਹੀਦਾ। ਜਿਵੇਂ ਤੁਸੀਂ ਲੜਾਈ ਦੀ ਗੱਲ ਕੀਤੀ, ਫਿਰ ਇੱਕ ਤੋਂ ਬਾਅਦ ਦੂਜਾ, ਫਿਰ ਤੀਜਾ, ਚੌਥੀ, ਫਿਰ ਸਾਰੀਆਂ ਲੜਾਈਆਂ ਤਾਂ ਸਾਡੇ ਵਾਸਤੇ ਵਿੱਢਣੀਆਂ ਪੈਣਗੀਆਂ ਜੇ ਸਾਡੇ ਨਾਲ ਇੰਝ ਹੀ ਧੱਕਾ ਹੋ ਗਿਆ। ਬਿਲਕੁਲ, ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਫਿਰ ਬਿਲਕੁਲ ਜੀ ਬਿਲਕੁਲ, ਇਹ ਤਾਂ ਫਿਰ ਹੋ ਗਿਆ। ਵੈਸੇ ਤਾਂ ਹੁਣ ਚੱਲੀ ਜਾ ਰਿਹਾ ਕਿ ਜਿਹੜਾ ਉਹ ਕੁਛ ਚੱਲ ਰਿਹਾ ਹੈਗਾ ਵੀ ਇਹਨਾਂ ਦਾ ਆਪਣਾ ਜਿਹੜਾ ਹੈਗਾ ਪ੍ਰਵਾਸੀਆਂ ਦਾ ਜੈਨੇਟਿਕਸ ਪੁਆਇੰਟ ਆਫ ਵਿਊ ਨਾਲ ਵੀ ਆ ਰਹੀਆਂ ਖਬਰਾਂ ਵੀ ਇਹ ਚੀਜ਼ ਹੋ ਰਿਹਾ, ਇਹ ਚੀਜ਼ ਹੋ ਰਿਹਾ ਜਿਹੜੀ ਤੁਸੀਂ ਸ਼ਾਦੀ ਵਾਲੀਆਂ ਗੱਲਾਂ ਕਰੀ ਜਾ ਰਹੇ ਹੋ ਜਾਂ ਦੂਸਰਿਆਂ ਡੀਐਨਏ ਦੇ ਪ੍ਰਭਾਵ ਪੈ ਰਿਹਾ, ਔਰ ਇਹ ਸ਼ੁਰੂ ਹੋ ਗਿਆ, ਪਤਾ ਨੀ ਕਿੱਥੇ ਜਾ ਕੇ ਖੜੂਗਾ। ਹੁਣ ਇਹ ਤਾਂ ਬੜੇ ਹਾਲਾਤ ਗੰਭੀਰ ਹੋਣ ਵਾਲੇ ਹੈ ਇਸ ਪੱਖ ਦੇ ਵਿੱਚੋਂ, ਸੋਸ਼ਲ ਪੱਖੋਂ ਵੀ, ਮੈਰਿਜਸ ਪੱਖੋਂ ਵੀ, ਉਹਦੇ ਵਿੱਚ ਵੀ ਢਾਅ ਲੱਗ ਰਹੀ ਹੈ ਪੰਜਾਬੀਆਂ ਨੂੰ, ਪੰਜਾਬ ਨੂੰ ਖੋਰਾ ਲੱਗ ਰਿਹਾ। ਜੀ ਬਿਲਕੁਲ, ਇਹ ਸਨ ਜਗਜੀਤ ਸਿੰਘ ਦੇ ਭਾਈ ਜਗਜੀਤ ਸਿੰਘ। ਮੈਂ ਫਿਰ ਦੱਸ ਦਿਆਂ ਕਿ ਜਗਜੀਤ ਸਿੰਘ ਸੀ ਨੰਬਰਦਾਰ ਮਲੋਟ ਪਿੰਡ ਦਾ, ਇੱਥੋਂ ਦੇ ਤਿੰਨ ਨੰਬਰਦਾਰ ਸੀਗੇ, ਇੱਕ ਜ਼ਿਮੀਂਦਾਰ ਭਾਈਦਾਰੇ ਤੋਂ ਸੀ, ਇੱਕ ਚਮਿਆਰ ਸਿੱਖ ਭਾਈਚਾਰੇ ਤੋਂ ਸੀਗਾ, ਤੇ ਇੱਕ ਮਜ਼੍ਹਬੀ ਸਿੱਖ ਭਾਈਚਾਰੇ ਤੋਂ ਸੀਗਾ। ਮਜ਼੍ਹਬੀ ਸਿੱਖ ਭਾਈਚਾਰੇ ਤੋਂ ਸੀਗਾ ਜਗਜੀਤ ਸਿੰਘ, ਤੇ ਜਗਜੀਤ ਸਿੰਘ ਦੀ ਡੈਥ ਜਿਹੜੀ ਆ 2020 ਦੇ ਵਿੱਚ ਹੋ ਜਾਂਦੀ ਆ, 2020 ਚ ਹੋਈ ਡੈਥ। ਹਾਂ, ਉਹਨਾਂ ਦੀ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਹੈ ਨੰਬਰਦਾਰੀ ਦੀ, 11 ਬੰਦਿਆਂ ਨੇ ਦਾਅਵੇਦਾਰੀ ਪੇਸ਼ ਕੀਤੀ, ਤੇ ਉਹਦੇ ਵਿੱਚ ਇੱਕ ਨਾਮ ਸੀ ਸੁਭਾਸ਼ ਚੰਦਰ, ਪਰ ਇੱਥੇ ਸੁਭਾਸ਼ ਚੰਦਰ ਸਿੰਘ ਲਿਖਿਆ, ਤੇ ਸੁਭਾਸ਼ ਚੰਦਰ ਸਿੰਘ ਨੂੰ ਹੀ ਰੱਖਿਆ ਗਿਆ, ਤੇ 10 ਪੰਜਾਬੀ ਸੀ ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ। ਇੱਥੇ ਹੁਣ ਗੱਲ ਮੈਂ ਜੇ ਇੱਥੇ ਕਰਾਂ ਕਿ 10 ਕਾਬਲ ਨਹੀਂ ਸੀਗੇ, ਕਿ ਇੱਕ ਬਾਹਰ ਦਾ ਬੰਦਾ ਆ ਕੇ ਕਾਬਲ ਹੋ ਗਿਆ। ਮੈਂ ਕਿਸੇ ਦੇ ਖਿਲਾਫ ਨਹੀਂ ਆ, ਇਹ ਤੈਨੂੰ ਫਿਰ ਦੱਸਦੀ ਮੈਂ ਇੱਥੇ ਗੱਲ, ਪਰ ਜਦੋਂ ਸਾਡੇ ਖਿੱਤੇ ਦੀ ਲੜਾਈ ਦੀ ਗੱਲ ਆਊਗੀ, ਜਦੋਂ ਸਾਡੇ ਧਰਤੀ ਦੀ ਗੱਲ ਆਊਗੀ, ਧਰਾਤਲ ਤੇ ਰਹਿਣ ਵਾਲੇ ਲੋਕ ਧਰਾਤਲ ਲਈ ਲੜਦੇ ਹੁੰਦੇ ਆ, ਤੇ ਅਸੀਂ ਉਹਨਾਂ ਚੋਂ ਇੱਕ ਆ ਕਿ ਅਸੀਂ ਆਪਦੇ ਸੂਬੇ ਦੀ ਗੱਲ ਕਰਨੀ ਹੈ। ਜਿੱਥੇ ਗੱਲ ਸਾਡੇ ਦੇਸ਼ ਦੀ ਹੋਊਗੀ, ਸਾਡੀ ਗਾਂਹ ਦੀਆਂ ਗੱਲਾਂ ਹੋਣੀਆਂ, ਉਹ ਗੱਲਾਂ ਵੱਖਰੀਆਂ, ਪਰ ਅਸੀਂ ਇੱਥੇ ਕੋਈ ਮਜ਼ਹਬ ਲਈ ਨਹੀਂ ਲੜ ਰਹੇ, ਧਰਮ ਲਈ ਨਹੀਂ ਲੜ ਰਹੇ, ਇੱਥੇ ਅਸੀਂ ਆਪਦੇ ਪੰਜਾਬ ਲਈ ਲੜ ਰਹੇ ਹਾਂ।
ਤੇ ਪੰਜਾਬ ਦੇ ਵਿੱਚ ਕਿਸੇ ਗੈਰ ਪੰਜਾਬੀ ਦਾ ਹੱਕ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ, ਕਿਉਂਕਿ ਜਦੋਂ ਕਿਸੇ ਦਾ ਤੁਹਾਨੂੰ ਕਦੇ ਬਾਹਰ ਜਾ ਕੇ ਲੈਂਗੁਏਜ 'ਚ ਉਸੇ 'ਚ ਗੱਲ ਕਰਨੀ ਪੈਂਦੀ, ਕਿਸੇ ਹੋਰ ਸਟੇਟ 'ਚ ਜਾਈਏ ਤਾਂ ਤੇ ਤੁਹਾਨੂੰ ਉਹਦੇ ਮੁਤਾਬਕ ਬੋਲਣਾ ਪੈਂਦਾ, ਝੁਕਣਾ ਪੈਂਦਾ। ਜਦੋਂ ਪੰਜਾਬ ਦੇ ਵਿੱਚ ਹੋ ਤੇ ਫਿਰ ਪੰਜਾਬੀ ਦੇ ਮੁਤਾਬਕ ਤੁਹਾਨੂੰ ਵੀ ਝੁਕਣਾ ਪਊਗਾ। ਇਹ ਸਾਡੀ ਧਰਾਤਲ ਆ ਤੇ ਧਰਾਤਲ ਲਈ ਸਾਡੇ ਵੱਡ ਵਡੇਰਿਆਂ ਨੇ ਕੁਰਬਾਨੀਆਂ ਕੀਤੀਆਂ ਨੇ ਤੇ ਅਸੀਂ ਉਹਨਾਂ ਨੂੰ ਕਦੇ ਵੀ ਜਾਇਆ ਨਹੀਂ ਜਾਣ ਦੇਵਾਂਗੇ ਤੇ ਹਮੇਸ਼ਾ ਉਹਨਾਂ ਲਈ ਲੜਦੇ ਤੇ ਜੂਝਦੇ ਰਹਾਂਗੇ ਜਿੰਨੇ ਕੁ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।